हेलो दोस्तों, मेरा नाम है गुरप्रीत सिंह। मैं तुहाडा ब्राइटक्राफ्ट यूट्यूब चैनल ते स्वागत करता हाँ। अज मैं तुहानू पैडागोगी थ्यूरी दे विच वाइगोस्की की जो थ्यूरी है उसके बारे करवावांगा। जिवें आपां नूं पता ही है कि वाइगोस्की की जिहड़ी थ्यूरी है वह सोशल डिवेलपमेंट दे रिलेटड है कि बच्चे का जिहड़ा समाजिक विकास है वह किवें हुंदा है, ते जिहड़ा समाजिक विकास का रोल है जी बच्चे दे डिवेलपमेंट दे विच वह भी बहुत ज़्यादा है। जाने कि बच्चा जिहड़ा ਆਪਾਂ ਲਗਾ ਲਈਏ ਕਿ ਜਿਹੜੀ ਰੇਸ਼ੋ ਹੈ ਬੱਚੇ ਦੀ ਸਮਾਜ ਤੋਂ ਸਿੱਖਣ ਦੀ ਉਹ ਬਾਕੀ ਡਿਵੈਲਪਮੈਂਟ ਤੋਂ ਜਾਂ ਬਾਕੀ ਜਿਹੜੀਆਂ ਜਗ੍ਹਾ ਤੋਂ ਸਿੱਖਦਾ ਉਹਦੇ ਨਾਲੋਂ ਜ਼ਿਆਦਾ ਰੇਸ਼ੋ ਉਹ ਜ਼ਿਆਦਾ ਸਮਾਜ ਤੋਂ ਸਿੱਖਦਾ। ਠੀਕ ਹੈ ਜੀ। ਤਾਂ ਜਿਹੜਾ ਸਮਾਜ ਦਾ ਬਹੁਤ ਵੱਡਾ ਰੋਲ ਹੈ ਜੀ, ਸੋਸ਼ਲਿਜ਼ਮ ਦਾ ਬਹੁਤ ਵੱਡਾ ਰੋਲ ਹੈ ਬੱਚੇ ਦੀ ਡਿਵੈਲਪਮੈਂਟ ਦੇ ਵਿੱਚ। ਤਾਂ ਸਭ ਤੋਂ ਪਹਿਲਾਂ ਆਪਾਂ ਵਾਇਗੋਸਕੀ ਬਾਰੇ ਥੋੜ੍ਹਾ ਜਿਹਾ ਦੇਖ ਲੈਂਦੇ ਹਾਂ। ਪੂਰਾ ਨਾਮ ਇਹਨਾਂ ਦਾ ਲੇਵ ਸੈਮਿਓਨੋਵਿਚ ਵਾਇਗੋਸਕੀ ਹੈ ਜੀ। ਸੋਸ਼ਲ ਕਲਚਰਲ ਡਿਵੈਲਪਮੈਂਟ ਦੇ ਰਿਲੇਟਡ ਇਹਨਾਂ ਨੇ ਆਪਦੀ ਜਿਹੜੀ ਥਿਊਰੀ ਦਿੱਤੀ ਹੈ। ਸੋਸ਼ਲ ਕਲਚਰ ਯਾਨੀ ਕਿ ਜਿਹੜਾ ਸਮਾਜਿਕ ਵਿਵਹਾਰ ਦੇ ਵਿੱਚ ਜਿਹੜਾ ਪਰਿਵਰਤਨ ਹੁੰਦਾ ਹੈ, ਉਹਦਾ ਵਿਕਾਸ ਹੁੰਦਾ, ਉਹਦੇ ਰਿਲੇਟਡ ਇਹਨਾਂ ਨੇ ਆਪਦੀ ਥਿਊਰੀ ਦਿੱਤੀ ਹੈ। ਹੀ ਬਿਲੀਵ ਦੈਟ ਦਾ ਥਿੰਕਿੰਗ ਆਫ ਦਾ ਚਿਲਡਰਨ ਇਜ਼ ਬੇਸਡ ਔਨ ਦਾ ਸੋਸ਼ਲ ਨੌਲੇਜ ਐਂਡ ਇਜ਼ ਡਿਵੈਲਪਡ ਡਿਵੈਲਪਮੈਂਟ ਥਰੂ ਇੰਟਰੈਕਸ਼ਨ ਵਿਦ ਦੇਅਰ ਕਲਚਰ। ਇਹਨਾਂ ਦਾ ਇਹ ਮੰਨਣਾ ਹੈ ਕਿ ਜਿਹੜੀ ਬੱਚੇ ਦਾ ਵਿਕਾਸ ਹੁੰਦਾ ਹੈ ਉਹਦਾ ਜਿਹੜਾ ਸਮਾਜ ਹੈ, ਜਿਹੜੀ ਸਮਾਜ ਦੀ ਨੌਲੇਜ ਹੈ, ਸਮਾਜ ਦਾ ਜਿਹੜੇ ਉਹਦੀ ਨੌਲੇਜ ਹੈ ਉਹਦੇ ਨਾਲ ਹੀ ਉਹਦੀ ਜਿਹੜੀ ਥਿੰਕਿੰਗ ਹੈ, ਉਹਦੀ ਸੋਚਣ ਦੀ ਜਿਹੜੀ ਹੈ ਵਿਕਾਸ ਹੁੰਦਾ। ਤਾਂ ਡਿਵੈਲਪਮੈਂਟ ਥਰੂ ਇੰਟਰੈਕਸ਼ਨ ਵਿਦ ਦੇਅਰ ਕਲਚਰ, ਤਾਂ ਜਿਹੜੀ ਉਹਦੀ ਡਿਵੈਲਪਮੈਂਟ ਆ ਉਹ ਕਲਚਰ ਥਰੂ ਹੀ ਹੁੰਦੀ ਹੈ। ਜਦੋਂ ਯਾਨੀ ਕਿ ਆਪਾਂ ਪੜ੍ਹਦੇ ਹਾਂ, ਜਦੋਂ ਆਪਾਂ ਪੰਜਾਬੀ ਜਾਂ ਇੰਗਲਿਸ਼ ਸਬਜੈਕਟ ਦੇ ਵਿੱਚ ਉਹਨਾਂ ਦੀ ਪੈਡਾਗੋਗਿਕਸ ਪੜ੍ਹਦੇ ਹਾਂ, ਤਾਂ ਉੱਥੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਜਿਹੜੀ ਇੱਕ ਲੈਂਗੁਏਜ ਹੈ ਉਹਦਾ ਬੱਚੇ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਰੋਲ ਹੈ। ਠੀਕ ਹੈ ਜੀ। ਜੇ ਬੱਚੇ ਨੂੰ ਕੋਈ ਲੈਂਗੁਏਜ ਆਉਂਦੀ ਹੈ ਤਾਂ ਹੀ ਉਹ ਆਪਦੇ ਇੰਪ੍ਰੈਸ਼ਨਸ ਜਾਂ ਆਪਦੀ ਥਿੰਕਿੰਗ ਨੂੰ ਦੱਸ ਸਕਦਾ ਕਿਸੇ ਨੂੰ, ਤਾਂ ਉਹਦੇ ਨਾਲ ਉਹਦਾ ਵਿਕਾਸ ਜ਼ਿਆਦਾ ਹੁੰਦਾ। ਤਾਂ ਇੱਕ ਕਲਚਰ ਦਾ, ਇੱਕ ਲੈਂਗੁਏਜ ਦਾ, ਤਾਂ ਇਸ ਚੀਜ਼ ਦਾ, ਇੱਕ ਸਮਾਜ ਦਾ ਬੱਚੇ ਦੇ ਵਿਕਾਸ ਦੇ ਵਿੱਚ ਬਹੁਤ ਵੱਡਾ ਰੋਲ ਹੈ ਜੀ। ਅਗਲਾ ਹੈ ਅਬਾਊਟ ਥੋੜ੍ਹਾ ਵਿਗੋਸਕੀ, ਆਪਾਂ ਪੜ੍ਹ ਲੈਂਦੇ ਹਾਂ। ਇਹ ਰਸ਼ੀਅਨ ਦੇ ਸਾਈਕੋਲੋਜਿਸਟ ਸੀ, ਰਸ਼ੀਅਨ ਦੇ ਮਸ਼ਹੂਰ ਸਾਈਕੋਲੋਜਿਸਟ ਸੀ। ਬੋਰਨ ਇਨ ਵੈਸਟਰਨ ਰਸ਼ੀਆ, 1896 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਤੇ 38 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ। ਹਿਜ਼ ਵਰਕ ਵਾਜ਼ ਅਨੋਲੇਜਡ ਆਫਟਰ ਹਿਜ਼ ਡੈਥ, ਤਾਂ ਬਟ ਜਿਹੜਾ ਇਹਨਾਂ ਦਾ ਕੰਮ ਕੀਤਾ ਹੋਇਆ ਸੀ, ਥਿਊਰੀਜ਼ ਦਿੱਤੀ ਸੀ ਉਹਨੂੰ, ਯਾਨੀ ਕਿ ਉਹਨਾਂ ਦੀ ਮੌਤ ਤੋਂ ਬਾਅਦ ਹੀ ਇੰਪਰੂਵਮੈਂਟ ਮਿਲੀ ਸੀ। ਤਾਂ ਥਿੰਕਿੰਗ ਪ੍ਰੋਸੈਸ ਡਿਵੈਲਪਡ ਬਾਏ ਪੇਰੈਂਟਸ ਪੀਅਰਸ, ਕਹਿੰਦੇ ਜਿਹੜਾ ਸੋਚਣ ਦਾ ਪ੍ਰਕਿਰਿਆ ਹੈ ਬੱਚੇ ਦੀ ਉਹ ਪੇਰੈਂਟਸ ਤੋਂ ਜਾਂ ਸਾਥੀਆਂ ਦੇ ਨਾਲ, ਠੀਕ ਹੈ ਜੀ, ਜਾਂ ਅਦਰ ਮੈਂਬਰਸ ਆਫ ਸੋਸਾਇਟੀ, ਸਾਈਕੋਲੋਜੀਕਲ ਟੂਲਸ, ਕੰਪਿਊਟਰ, ਨੋਟਬੁੱਕ, ਪੈਨਸਿਲ, ਟੈਲੀਫੋਨਸ, ਯਾਨੀ ਕਿ ਜਿਹੜੇ ਅੱਜ ਕੱਲ੍ਹ ਇਲੈਕਟ੍ਰੋਨਿਕ ਮੀਡੀਆ ਹੈ, ਤਾਂ ਉਹ ਵੀ ਯਾਨੀ ਕਿ ਇੱਕ ਸਮਾਜ ਦਾ ਰੋਲ ਹੀ ਅਦਾ ਕਰਦਾ, ਜਿਵੇਂ ਕਿ ਕੰਪਿਊਟਰ, ਨੋਟਬੁੱਕ, ਪੈਨਸਿਲ, ਟੈਲੀਫੋਨਸ, ਠੀਕ ਹੈ ਜੀ। ਤਾਂ ਜਿਹੜਾ ਬੱਚੇ ਦੀ ਸੋਚਣ ਸ਼ਕਤੀ ਹੈ ਉਹ ਇਹਨਾਂ ਚੀਜ਼ਾਂ ਦੇ ਉੱਤੇ ਡਿਪੈਂਡ ਕਰਦੀ ਹੈ। ਯਾਨੀ ਕਿ ਆਪਾਂ ਕਹਿ ਦਿੰਦੇ ਹਾਂ, ਮੈਂ ਤੁਹਾਨੂੰ ਇੱਕ ਛੋਟੀ ਜਿਹੀ ਇਗਜ਼ਾਮਪਲ ਦੇ ਦਿੰਦਾ, ਆਪਾਂ ਕਹਿੰਦੇ ਹਾਂ ਕਿ ਯਾਰ ਪਹਿਲਾਂ ਵਾਲੇ ਬੱਚੇ ਭੋਲੇ ਹੁੰਦੇ ਸੀ, ਅੱਜ ਵਾਲੇ ਜਿਹੜੇ ਬੱਚੇ ਹੈ ਉਹ ਥੋੜ੍ਹੇ ਚਲਾਕ ਨੇ, ਤੇਜ਼ ਨੇ, ਤਾਂ ਉਹਦਾ ਕੀ ਕਾਰਨ ਹੈ? ਕਿਉਂਕਿ ਰਾਜੇ ਉਹਨਾਂ ਦਾ ਜਿਹੜਾ ਇਨਵਾਇਰਮੈਂਟ ਹੈ ਉਹੀ ਬੜਾ ਜ਼ਿਆਦਾ ਐਡਵਾਂਸ ਹੋ ਗਿਆ, ਠੀਕ ਹੈ ਜੀ। ਤਾਂ ਦੇਖੋ ਦੋਨੇ ਚੀਜ਼ਾਂ ਦਾ ਇਫੈਕਟ ਹੈ, ਮੈਂ ਤੁਹਾਨੂੰ ਦੋਨੇ ਚੀਜ਼ਾਂ ਦੱਸ ਦਿੰਦਾ। ਜਦੋਂ ਆਪਾਂ ਕਹਿੰਦੇ ਹਾਂ ਕਿ ਬੱਚੇ ਦੇ ਜੰਮਣ ਸਾਰ ਹੀ ਅੱਜ ਕੱਲ੍ਹ ਬੜਾ ਯਾਨੀ ਕਿ ਐਕਟਿਵ ਹੁੰਦੇ ਨੇ ਪਹਿਲਾਂ ਨਾਲਿਆਂ ਨਾਲੋਂ, ਉਹਦਾ ਜਿਹੜਾ ਇਫੈਕਟ ਆ ਉਹ ਜੀਨਸ ਦਾ ਇਫੈਕਟ ਹੈ, ਬਟ ਜਿਹੜਾ ਜ਼ਿਆਦਾ ਇਫੈਕਟ ਪੈਂਦਾ ਉਹ ਇਨਵਾਇਰਮੈਂਟ ਦਾ ਪੈਂਦਾ, ਸਮਾਜ ਦਾ ਪੈਂਦਾ, ਠੀਕ ਹੈ। ਜਿਵੇਂ ਦਾ ਸਮਾਜ ਹੋਊਗਾ ਬੱਚੇ ਦਾ, ਉਵੇਂ ਦਾ ਯਾਨੀ ਕਿ ਉਹਦੀ ਜਿਹੜੀ ਡਿਵੈਲਪਮੈਂਟ ਹੈ, ਵਿਕਾਸ ਹੈ, ਉਹ ਉਸ ਤੇ ਨਿਰਭਰ ਕਰੂਗਾ, ਠੀਕ ਹੈ ਜੀ। ਤਾਂ ਜੇ ਉਹਦਾ ਯਾਨੀ ਕਿ ਜਿਹੜਾ ਉਹਦਾ ਸਮਾਜ ਹੈ, ਜੇ ਉਹ ਜ਼ਿਆਦਾ ਐਕਟਿਵ ਹੈ, ਪੜ੍ਹਿਆ ਲਿਖਿਆ ਹੈ, ਤਾਂ ਬੱਚਾ ਵੀ ਕਾਫੀ ਪਰਸੈਂਟੇਜ ਚਾਂਸ ਨੇ ਕਿ ਉਹ ਐਕਟਿਵ ਹੋਊਗਾ ਜਾਂ ਪੜ੍ਹਿਆ ਲਿਖਿਆ ਹੋਊਗਾ, ਠੀਕ ਹੈ ਜੀ। ਪਰ ਜੇ ਯਾਨੀ ਕਿ ਬੈਕਵਰਡ ਹੈ, ਤਾਂ ਉਸੇ ਤਰ੍ਹਾਂ ਨਾਲ ਬੱਚੇ ਦੀ ਥਿੰਕਿੰਗ ਵੀ ਬੈਕਵਰਡ ਹੋ ਜਾਂਦੀ ਹੈ ਕਾਫੀ ਹੱਦ ਨਾਲ। ਇਹ ਚੀਜ਼ ਯਾਨੀ ਕਿ ਮੈਟਰ ਕਰਦੀ ਹੈ। ਅਗਲਾ ਹੈ ਅਕੋਰਡਿੰਗ ਟੂ ਵਾਇਗੋਸਕੀ 2 ਪ੍ਰੋਸੈਸ ਹੈਪਨ, ਵਾਇਗੋਸਕੀ ਦੇ ਅਕੋਰਡਿੰਗ 2 ਪ੍ਰੋਸੈਸ ਯਾਨੀ ਕਿ ਵਾਪਰਦੇ ਹੈ। ਇੱਕ ਹੁੰਦੀ ਹੈ ਇੰਟਰ ਸਾਈਕੋਲੋਜੀਕਲ, ਇੱਕ ਹੁੰਦੀ ਹੈ ਇੰਟਰਾ ਸਾਈਕੋਲੋਜੀਕਲ। ਇੰਟਰ ਹੁੰਦੀ ਹੈ ਅੰਦਰਲੀ ਤੇ ਇੰਟਰਾ ਹੁੰਦੀ ਹੈ ਬਾਹਰਲੀ। ਇਹ ਆਪਾਂ ਅੱਗੇ ਮੈਂ ਤੁਹਾਨੂੰ ਸਮਝਾਉਂਗਾ ਇੰਟਰ ਤੇ ਇੰਟਰਾ ਕੀ ਚੀਜ਼ ਹੈ, ਕਿ ਜਿਹੜਾ ਅੰਦਰੋਂ ਆਪਦਾ ਯਾਨੀ ਕਿ ਬੱਚਾ ਕੋਈ ਪ੍ਰੋਬਲਮ ਨੂੰ ਸੋਲਵ ਕਰ ਲੈਂਦਾ ਆਪਦੀ ਥਿੰਕਿੰਗ ਦੇ ਨਾਲ, ਉਹਨੂੰ ਇੰਟਰ ਕਹਿੰਦੇ। ਇੰਟਰਾ ਹੁੰਦਾ ਜਦੋਂ ਉਹ ਸਮਾਜ ਦੇ ਨਾਲ ਮਿਲ ਕੇ ਉਹਨੂੰ ਸੋਲਵ ਕਰਦਾ, ਉਹਨੂੰ ਕਹਿੰਦੇ ਆ ਇੰਟਰਾ। ਅੱਗੇ ਹੈ ਜੀ ਜੋ ਮੋਸਟ ਇੰਪੋਰਟੈਂਟ ਇਜ਼ ਦਾ ਜੋਨ ਆਫ ਦਾ ਪ੍ਰੋਕਸੀਮਲ ਡਿਵੈਲਪਮੈਂਟ। ਤਾਂ ਜੋਨ ਕੀ ਹੁੰਦਾ ਜੀ? ਜੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਕੀ ਹੈ? ਇਹ ਉਹ ਜੋਨ ਹੈ, ਇਲਾਕਾ ਹੈ ਯਾਨੀ ਕਿ ਜਿੱਥੇ ਬੱਚੇ ਦਾ ਵਿਕਾਸ ਹੁੰਦਾ ਆਪਦੇ ਤੋਂ,
ਦੂਸਰਿਆਂ ਤੋਂ ਲੈ ਕੇ ਆਪਦੇ ਤੱਕ, ਯਾਨੀ ਕਿ ਜੇ ਮੈਂ ਗੱਲ ਕਰਾਂ ਵਿਕਾਸ ਦੀ ਤਾਂ ਉਹ ਬਾਹਰ ਤੋਂ ਅੰਦਰ ਵੱਲ ਨੂੰ ਹੈ। ਠੀਕ ਹੈ ਜੀ, ਬਾਹਰ ਤੋਂ ਅੰਦਰ ਵੱਲ ਨੂੰ ਮਤਲਬ ਕੀ ਹੈ, ਜਦੋਂ ਬੱਚਾ ਛੋਟਾ ਹੈ ਉਹ ਕੋਈ ਵੀ ਥਿੰਗਸ ਨੂੰ ਲਰਨ ਕਰਦਾ, ਜਾਂ ਆਪਾਂ ਇਹ ਗੱਲ ਕਰ ਲਈਏ ਜਦੋਂ ਉਹ ਕੁਛ ਵੀ ਕਰਦਾ ਉਹ ਕਿਸੇ ਦੀ ਹੈਲਪ ਤੋਂ ਬਿਨਾਂ ਨਹੀਂ ਕਰ ਸਕਦਾ। ਠੀਕ ਹੈ ਜੀ, ਉਹ ਹੋ ਗਿਆ ਬਾਹਰਲਾ ਜ਼ੋਨ, ਯਾਨੀ ਕਿ ਥਿੰਗਸ ਦਾ ਲਰਨਰਸ ਕੈਨ ਡੂ ਕੈਨ ਨੋਟ ਡੂ, ਯਾਨੀ ਕਿ ਜਿਹੜਾ ਲਰਨਰ ਹੈ ਉਹ ਚੀਜ਼ ਨਹੀਂ ਕਰ ਪਾ ਰਿਹਾ ਤਾਂ ਉਹ ਆ ਬਾਹਰਲੀ ਕੰਡੀਸ਼ਨ ਹੈ। ਠੀਕ ਹੈ ਜੀ, ਆ ਅੰਦਰਲੀ ਕੰਡੀਸ਼ਨ ਕੀ ਹੈ, ਥਿੰਗਸ ਲਰਨਰ ਕੈਨ ਡੂ ਔਨ ਹਿਸ ਓਨ, ਕਿ ਬੱਚਾ ਜਿਹੜੀ ਕੋਈ ਵੀ ਜਿਹੜੀ ਐਕਟੀਵਿਟੀ ਉਹ ਆਪਣੇ ਆਪ ਕਰ ਰਿਹਾ ਤਾਂ ਉਹ ਹੋ ਗਿਆ ਅੰਦਰਲਾ ਜ਼ੋਨ। ਤਾਂ ਉਹ ਦੋਨਾਂ ਦੇ ਜ਼ੋਨਸ ਦੇ ਵਿੱਚ ਜਿਹੜਾ ਬਚਾਲੜ ਹੈ ਜਿਹੜੀ ਉਹਦੀ ਉਹ ਡਿਵੈਲਪਮੈਂਟ ਹੋ ਰਹੀ ਹੈ। ਮੰਨ ਲਓ ਇੱਕ ਟੀਚਰ ਹੈ ਬੱਚੇ ਨੂੰ ਲਿਖਣਾ ਸਿਖਾ ਰਿਹਾ, ਤਾਂ ਯਾਨੀ ਕਿ ਉਹਨੂੰ ਊੜਾ ਨਹੀਂ ਪਾਉਣਾ ਆ ਰਿਹਾ ਤਾਂ ਉਹ ਊੜਾ ਨਹੀਂ ਪੈ ਰਿਹਾ ਉਹ ਤੋਂ, ਇਹਦਾ ਮਤਲਬ ਆ ਬਾਹਰਲਾ ਜ਼ੋਨ ਆ ਉਹ। ਠੀਕ ਹੈ ਜੀ, ਫਿਰ ਉਹ ਟੀਚਰ ਉਹਦੇ ਤੇ ਕਾਫੀ ਮਿਹਨਤ ਕਰਦਾ, ਉਹ ਜਿਹੜਾ ਮਿਹਨਤ ਵਾਲਾ ਪੋਰਸ਼ਨ ਉਹ ਆ ਬਚਾਲੜਾ ਪੋਰਸ਼ਨ ਹੈ। ਤਾਂ ਜਦੋਂ ਉਹਨੂੰ ਊੜਾ ਲਿਖਣਾ ਆ ਗਿਆ ਉਦੋਂ ਉਹ ਕਿਹੜਾ ਪੋਰਸ਼ਨ ਆ, ਸੈਂਟਰ ਵਾਲਾ। ਠੀਕ ਹੈ ਜੀ, ਤਾਂ ਬਸ ਇਹ ਹੁੰਦਾ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ, ਜਦੋਂ ਬੱਚਾ ਸਿੱਖ ਰਿਹਾ। ਠੀਕ ਹੈ, ਉਹਨੂੰ ਕਹਿੰਦੇ ਆ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ। ਅਗਲਾ ਹੈ ਜੀ, ਇਹਦੇ ਬਾਰੇ ਆਪਾਂ ਥੋੜਾ ਸਮਝ ਲੈਂਦੇ ਹਾਂ ਜ਼ੋਨ ਆਫ ਪ੍ਰੋਕਸੀਮਲ ਡਿਵੈਲਪਮੈਂਟ ਕੀ ਚੀਜ਼ ਹੈ। ਜੇ ਮੈਂ ਤੁਹਾਨੂੰ ਦੱਸਤਾ ਕਿ ਚਿਲਡਰਨ ਦੀ ਕਰੰਟ ਅਚੀਵਮੈਂਟ ਹੈ ਇਹ, ਪਰ ਇੱਥੇ ਬਿਓਂਡ ਰੀਚ ਐਟ ਪ੍ਰੈਜੈਂਟ। ਠੀਕ ਹੈ ਜੀ, ਅੱਗੇ ਹੈ ਜੀ, ਦਿਸ ਇਜ਼ ਦਾ ਵੈਗੋਸਕੀ ਕਨਸੈਪਟ ਦੈਟ ਐਕਸਪਲੇਨ ਦਾ ਮੈਕਨਿਜ਼ਮ ਆਫ ਕੋਗਨੀਟਿਵ ਡਿਵੈਲਪਮੈਂਟ, ਕਿ ਬੱਚੇ ਦਾ ਜਿਹੜਾ ਗਿਆਨ ਦਾ ਵਿਕਾਸ ਉਹ ਕਿਵੇਂ ਹੁੰਦਾ ਹੈ। ਉਹ JPD ਨਾਲ ਉਹਨਾਂ ਨੇ ਸਮਝਾਇਆ ਹੋਇਆ, ZPD ਨਾਲ ਉਹਨੇ ਸਮਝਾਇਆ ਹੋਇਆ ਕਿ ਜਿਹੜਾ ਗਿਆਨ ਦਾ ਵਿਕਾਸ ਹੈ ਵੈਗੋਸਕੀ ਨੇ, ਕਿ ਪਹਿਲਾਂ ਉਹ ਕਿਸੇ ਦੇ ਹੈਲਪ ਨਾਲ ਸਿੱਖਦਾ ਫਿਰ ਉਹ ਆਪਣੇ ਆਪ ਕਰਦਾ। ਠੀਕ ਹੈ ਜੀ, ਤਾਂ ZPD ਇਜ਼ ਐਕਚੁਅਲੀ ਦਾ ਗੈਪ ਬਿਟਵੀਨ ਦਾ ਐਕਚੁਅਲ ਕੰਪੀਟੈਂਸ ਲੈਵਲ, ਯਾਨੀ ਕਿ ਵੱਟ ਪ੍ਰੋਬਲਮ ਲੈ ਸਟੂਡੈਂਟ ਏਬਲ ਟੂ ਇੰਡੀਪੈਂਡੈਂਟਲੀ ਸੋਲਵ। ਇੱਕ ਐਵੇਂ ਦੀ ਹੁੰਦੀ ਹੈ ਕਿ ਐਵੇਂ ਦੀ ਪ੍ਰੋਬਲਮ ਹੈ ਕਿ ਬੱਚਾ ਆਪਣੇ ਆਪ ਸੋਲਵ ਕਰ ਲੈਂਦਾ। ਐਂਡ ਦਾ ਪੋਟੈਂਸ਼ੀਅਲ ਡਿਵੈਲਪਮੈਂਟ ਲੈਵਲ, ਪੋਟੈਂਸ਼ੀਅਲ ਹੁੰਦਾ ਜਦੋਂ ਕਿਸੇ ਦੀ ਹੈਲਪ ਦੇ ਨਾਲ ਕਿਸੇ ਚੀਜ਼ ਨੂੰ ਸੋਲਵ ਕਰਦਾ। ਉਹਨਾਂ ਦੋਨਾਂ ਦੇ ਵਿਚਾਲੜੇ ਵਾਲੇ ਗੈਪ ਨੂੰ ਕੀ ਕਹਿੰਦੇ ਆ, ZPD। ਤਾਂ ZPD ਇਜ਼ ਬੇਸਡ ਔਨ ਦਾ ਮੈਂਟਲ ਫੰਕਸ਼ਨਸ ਦੈਟ ਹੈਵ ਨੋਟ ਯੈਟ ਮਚਿਓਰਡ ਬਟ ਆਰ ਬੀਂਗ ਇਨ ਦਾ ਪ੍ਰੋਸੈਸ ਆਫ ਮਚਿਓਰੇਸ਼ਨ। ਠੀਕ ਹੈ ਜੀ, ਯਾਨੀ ਕਿ ਜਿਹੜਾ ZPD ਹੈ ਉਹ ਮਚਿਓਰੇਸ਼ਨ, ਯਾਨੀ ਕਿ ਪ੍ਰਤੀਪੱਕਤਾ ਦਾ, ਯਾਨੀ ਪ੍ਰਤੀਪੱਕਤਾ ਬਾਰੇ ਨਹੀਂ ਦੱਸਦਾ, ਉਹ ਸਿਰਫ ਕੀ ਦੱਸਦਾ ਕਿ ਉਧਰ ਨੂੰ ਜਾ ਰਿਹਾ। ਯਾਨੀ ਕਿ ਪਹਿਲਾਂ ਉਹ ਕਿਸੇ ਦੀ ਹੈਲਪ ਦੇ ਨਾਲ ਕੀ ਕਰ ਰਿਹਾ ਸੀ, ਕੋਈ ਪ੍ਰੋਸੈਸ ਕਰ ਰਿਹਾ ਸੀਗਾ, ਕੋਈ ਯਾਨੀ ਕਿ ਕੋਈ ਵੀ ਐਕਟੀਵਿਟੀ ਕਰ ਰਿਹਾ ਸੀ ਕਿਸੇ ਦੀ ਹੈਲਪ ਦੇ ਨਾਲ। ਹੁਣ ਉਹ ਐਕਟੀਵਿਟੀ ਕਰ ਰਿਹਾ ਕੱਲਾ ਆਪ, ਯਾਨੀ ਕਿ ਉਹ ਕੱਲਾ ਆਪ ਕੋਈ ਐਕਟੀਵਿਟੀ ਕਰਨ ਲੱਗ ਗਿਆ, ਇਹਦਾ ਮਤਲਬ ਉਹ ਮਚਿਓਰ ਨਹੀਂ ਹੋਇਆ। ਠੀਕ ਹੈ ਜੀ, ਯਾਨੀ ਕਿ ਪ੍ਰੀਪੱਕਤਾ ਵੱਲ ਨੂੰ ਜਾ ਰਿਹਾ, ਯਾਨੀ ਕਿ ਪੂਰਾ ਮਚਿਓਰ ਨਹੀਂ ਹੋਇਆ। ਇਹ ਵੀ ਯਾਨੀ ਕਿ ਵੈਗੋਸਕੀ ਦੱਸ ਰਿਹਾ ਇਹਦੇ ਵਿੱਚ। ਅੱਗੇ ਆਪਾਂ ਡਿਫਰੈਂਸਸ ਕਰ ਲੈਂਦੇ ਹਾਂ ਜੀ ਪਿਆਜੇ ਦੀ ਥਿਊਰੀ ਦੇ ਵਿੱਚ ਤੇ ਵੈਗੋਸਕੀ ਦੀ ਥਿਊਰੀ ਦੇ ਵਿੱਚ। ਜਿਹੜੀ ਪਿਆਜੇ ਦੀ ਥਿਊਰੀ ਹੈ ਜੀ ਉਹ ਰੈਡੀਕਲ ਕੰਸਟਰਕਟਿਵ ਹੈ, ਤੇ ਜਿਹੜੀ ਵੈਗੋਸਕੀ ਦੀ ਥਿਊਰੀ ਉਹ ਸੋਸ਼ਲ ਕੰਸਟਰਕਟਿਵ ਹੈ, ਯਾਨੀ ਕਿ ਸੋਸ਼ਲ ਦਾ ਮਤਲਬ ਸਮਾਜ ਦੇ ਰਿਲੇਟਡ ਹੈ। ਅਗਲਾ ਜੀ, ਜਿਹੜੀ ਕੋਗਨੀਟਿਵ ਡਿਵੈਲਪਮੈਂਟ ਮੋਸਟਲੀ ਯੂਨੀਵਰਸਲ ਅਕਰੋਸ ਦਾ ਕਲਚਰ, ਕਹਿੰਦੇ ਜਿਹੜਾ ਗਿਆਨ ਦਾ ਵਿਕਾਸ ਹੈ ਉਹ ਯੂਨੀਵਰਸਲ ਅਕਰੋਸ ਦਾ ਕਲਚਰ, ਯਾਨੀ ਕਿ ਉਹ ਪੂਰਾ ਹੁੰਦਾ ਹਰੇਕ ਬੰਦੇ ਦੇ ਵਿੱਚ ਹੁੰਦਾ ਜਿਹੜਾ ਯੂਨੀਵਰਸ ਦੇ ਵਿੱਚ ਰਹਿੰਦਾ, ਗਿਆਨ ਦਾ ਵਿਕਾਸ ਹੁੰਦਾ ਹੀ ਹੁੰਦਾ। ਬਟ ਜਿਹੜਾ ਕੋਗਨੀਟਿਵ ਡਿਵੈਲਪਮੈਂਟ ਆ ਅਕੋਰਡਿੰਗ ਟੂ ਵੈਗੋਸਕੀ ਵੇਰੀਜ਼ ਅਕਰੋਸ ਦਾ ਕਲਚਰ, ਕਹਿੰਦੇ ਕਲਚਰ ਦੇ ਅਕੋਰਡਿੰਗ ਚੇਂਜ ਹੁੰਦਾ ਰਹਿੰਦਾ। ਠੀਕ ਹੈ, ਤਾਂ ਮੈਂ ਜਿਹੜਾ ਹੈ ਵੈਗੋਸਕੀ ਦੇ ਨਾਲ ਜ਼ਿਆਦਾ ਸਹਿਮਤ ਹੈ ਕਿ ਜਿਵੇਂ ਦਾ ਕਲਚਰ ਹੋਊਗਾ ਉਵੇਂ ਦਾ ਉਹਦਾ ਜਿਹੜਾ ਗਿਆਨ ਸੰਬੰਧੀ ਵਿਕਾਸ ਆ ਉਹ ਅਲੱਗ ਅਲੱਗ ਹੋਊਗਾ ਕਲਚਰ ਦੇ ਅਕੋਰਡਿੰਗ। ਅੱਗੇ ਡਿਵੈਲਪਮੈਂਟ ਲੀਡਸ ਲਰਨਿੰਗ, ਜਿਹੜੀ ਵਿਕਾਸ ਹੈ ਕਹਿੰਦੇ ਉਹ ਲਰਨਿੰਗ ਦੇ ਨਾਲ ਹੁੰਦਾ, ਤੇ ਵੈਗੋਸਕੀ ਕੀ ਕਹਿ ਰਿਹਾ, ਲਰਨਿੰਗ ਹੈਲਪਸ ਇਨ ਡਿਵੈਲਪਮੈਂਟ ਐਂਡ ਲਰਨਿੰਗ ਇਜ਼ ਅ ਟੂਲ ਆਫ ਡਿਵੈਲਪਮੈਂਟ। ਇਹ ਕਹਿ ਰਿਹਾ ਵੈਗੋਸਕੀ, ਕਹਿ ਰਿਹਾ ਕਿ ਲਰਨਿੰਗ ਦੇ ਨਾਲ ਵਿਕਾਸ ਹੁੰਦਾ। ਠੀਕ ਹੈ ਜੀ, ਤੇ ਲਰਨਿੰਗ ਇੱਕ ਟੂਲ ਹੈ ਵਿਕਾਸ ਕਰਨ ਦਾ, ਯਾਨੀ ਕਿ ਸਿੱਖਣ ਨਾਲ ਹੀ ਵਿਕਾਸ ਹੁੰਦਾ। ਅੱਗੇ ਪੈਜੇ ਕੀ ਕਹਿ ਰਿਹਾ, ਡਿਵੈਲਪਮੈਂਟ ਟੇਕਸ ਪਲੇਸ ਇੰਟਰਾ ਟੂ ਇੰਟਰ, ਤਾਂ ਇੰਟਰਾ ਟੂ ਇੰਟਰ ਹੁੰਦੀ ਹੈ, ਤੇ ਵੈਗੋਸਕੀ ਕਹਿ ਰਿਹਾ ਇੰਟਰ ਟੂ ਇੰਟਰਾ ਹੁੰਦੀ ਹੈ। ਇਹਦਾ ਮਤਲਬ ਕੀ ਹੈ ਕਿ ਇੰਟਰ ਅੰਦਰ ਤੋਂ ਬਾਹਰ, ਇੰਟਰ ਟੂ ਇੰਟਰਾ ਅੰਦਰ ਤੋਂ ਬਾਹਰ, ਤੇ ਪਿਆਜੇ ਕਹਿ ਰਿਹਾ ਬਾਹਰ ਤੋਂ ਅੰਦਰ। ਠੀਕ ਹੈ ਜੀ, ਤੇ ਈਗੋ ਸੈਂਟਰਿਜ਼ਮ ਅਕਰਸ ਬਿਕੋਜ਼ ਆਫ ਕੋਗਨੀਟਿਵ ਇਮੈਚਿਓਰਿਟੀ। ਇਹ ਕਹਿੰਦਾ ਜਿਹੜਾ ਈਗੋ ਸੈਂਟਰਨਿਜ਼ਮ ਆਉਂਦਾ, ਯਾਨੀ ਕਿ ਬੱਚੇ ਦੇ ਵਿੱਚ ਜਿਹੜਾ ਆਪਦੇ ਪ੍ਰਤੀ ਜੋ ਭਾਵਨਾ ਆਉਂਦੀ ਹੈ ਕਿ ਮੈਂ ਹੀ ਹਾਂ ਸਿਰਫ, ਉਹ ਕਹਿੰਦੇ ਉਹ ਇਮੈਚਿਓਰ ਕਰਕੇ ਹੁੰਦੀ ਹੈ, ਕਿ ਹਜੇ ਬੱਚਾ ਮੈਚਿਓਰ ਨਹੀਂ ਹੋਇਆ ਤਾਂ ਕਰਕੇ ਹੁੰਦੀ ਹੈ। ਬਟ ਵੈਗੋਸਕੀ ਕਹਿੰਦਾ ਪ੍ਰਾਈਵੇਟ ਸਪੀਚ ਹੈਲਪਸ ਇਨ ਡਿਵੈਲਪਮੈਂਟ ਐਂਡ ਪਲੇ ਸਿਗਨੀਫੀਕੈਂਟ ਰੋਲ ਇਨ ਦਾ ਕੋਗਨੀਟਿਵ ਡਿਵੈਲਪਮੈਂਟ। ਬਟ ਵੈਗੋਸਕੀ ਕਹਿੰਦਾ ਜਿਹੜਾ ਪ੍ਰਾਈਵੇਟ ਸਪੀਚ ਹੈ ਉਹ ਬੱਚੇ ਦੇ ਵਿਕਾਸ ਕਰਨ ਦੇ ਵਿੱਚ ਬਹੁਤ ਵਧੀਆ ਰੋਲ ਅਦਾ ਕਰਦੀ ਹੈ, ਬੱਚੇ ਦਾ ਜਿਹੜਾ ਗਿਆਨ ਸੰਬੰਧੀ ਵਿਕਾਸ ਕਰਨਾ ਉਹਦੇ ਵਿੱਚ ਵੀ ਪ੍ਰਾਈਵੇਟ ਸਪੀਚ ਹੈ ਜਿਹੜੀ ਉਹ ਬਹੁਤ ਵਧੀਆ ਰੋਲ ਅਦਾ ਕਰਦੀ ਹੈ। ਅੱਗੇ ਆਪਾਂ ਕੰਪੈਰੀਜ਼ਨ ਕਰ ਲੈਂਦੇ ਹਾਂ ਹੁਣ ਪਿਆਜੇ ਤੇ ਕੋਹਲਬਰਗ ਦੇ ਵਿੱਚ। ਪਿਆਜੇ ਕਹਿ ਰਿਹਾ ਜੀ ਪਿਆਜੇ ਦੀਆਂ ਜਿਹੜੀਆਂ ਡਿਵੈਲਪਮੈਂਟ ਹੈ,
ਤੇ ਅੱਜ ਦਾ ਜਿਹੜਾ ਡਿਵੈਲਪਮੈਂਟ ਹੈ ਗਿਆਨ ਸੰਬੰਧੀ ਕੋਗਨੀਟਿਵ ਡਿਵੈਲਪਮੈਂਟ ਉਹਦੀਆਂ 4 ਸਟੇਜਾਂ ਨੇ ਤੇ ਜਿਹੜਾ ਕੋਹਲ ਵਰਗ ਹੈ ਉਹਦੀਆਂ 6 ਸਟੇਜਾਂ ਨੇ ਠੀਕ ਹੈ ਜੀ ਮੋਰਲ ਡਿਵੈਲਪਮੈਂਟ ਦੀਆਂ ਕਹਿੰਦਾ ਰੇਂਜ ਫਰੋਮ ਦਾ ਇਨਫੈਂਸੀ ਟੂ ਐਡੋਲਸੈਂਸ ਤੇ ਇਹਦੀ ਜਿਹੜੀ ਹੈ ਥਰੂ ਆਊਟ ਦੇਅਰ ਲਾਈਫ ਸਪੈਨ ਜਿਹੜਾ ਕੋਹਲ ਵਰਗ ਗੱਲ ਕਰਦਾ ਉਹ ਪੂਰੇ ਲਾਈਫ ਸਪੈਨ ਦੀ ਗੱਲ ਕਰਦਾ ਜਾਣੀ ਕਿ ਮਰਨ ਤੱਕ ਦੀ ਗੱਲ ਕਰਦਾ ਮੋਰਲ ਡਿਵੈਲਪਮੈਂਟ ਨੈਤਿਕ ਸਿੱਖਿਆ ਦੀ ਠੀਕ ਹੈ ਤੇ ਇਹ ਬਾਇਓਲੋਜੀਕਲ ਡਿਵੈਲਪਮੈਂਟ ਹੈ ਜਾਣੀ ਕਿ ਸਰੀਰਕ ਵਿਕਾਸ ਹੈ ਇਹਦੇ ਵਿੱਚ ਉਹ ਵੀ ਆਉਂਦਾ ਹੈ ਬਾਇਓਲੋਜੀਕਲ ਡਿਵੈਲਪਮੈਂਟ ਵੀ ਆਉਂਦੀ ਹੈ ਬਟ ਕੋਹਲ ਵਰਗ ਦੇ ਵਿੱਚ ਮੋਰਲ ਡਿਵੈਲਪਮੈਂਟ ਆਉਂਦੀ ਹੈ ਥਰੂ ਸੋਸ਼ਲਾਈਜੇਸ਼ਨ ਵਿਦ ਟੀਚਰਸ ਐਂਡ ਪੇਰੈਂਟਸ ਕੋਹਲ ਵਰਗ ਕੀ ਕਹਿੰਦਾ ਕਿ ਇਹਦੀ ਨੈਤਿਕ ਜਿਹੜੀ ਸਿੱਖਿਆ ਹੈ ਨੈਤਿਕ ਵਿਕਾਸ ਹੈ ਬੱਚੇ ਦਾ ਉਹ ਇੱਕ ਤਾਂ ਸਮਾਜ ਦੇ ਨਾਲ ਉਹਦਾ ਜਾਣੀ ਕਿ ਵੱਧ ਹੈ ਤੇ ਇੱਕ ਪੇਰੈਂਟਸ ਤੇ ਟੀਚਰ ਦੇ ਹੈਲਪ ਦੇ ਨਾਲ ਉਹਦਾ ਜਿਹੜਾ ਨੈਤਿਕ ਵਿਕਾਸ ਆ ਉਹ ਹੁੰਦਾ ਠੀਕ ਹੈ ਜੀ ਇਹ ਜਿਹੜੇ ਤੁਸੀਂ ਕੰਪੈਰੀਜ਼ਨ ਨੇ ਇਹਨਾਂ ਨੂੰ ਧਿਆਨ ਨਾਲ ਪੜ੍ਹ ਲੈਣਾ ਕਿਉਂਕਿ ਕੰਪੈਰੀਜ਼ਨ ਦੇ ਨਾਲ ਕੀ ਹੁੰਦਾ ਤੁਹਾਡੀਆਂ ਇੱਥੇ ਤਿੰਨੇ ਥਿਊਰੀਆਂ ਜਿਹੜੀਆਂ ਨੇ ਕਵਰ ਅਪ ਹੁੰਦੀਆਂ ਠੀਕ ਹੈ ਜੀ ਇਹ ਸੀ ਜੀ ਅੱਜ ਦਾ ਜਿਹੜਾ ਹੈ ਥਿਊਰੀ ਤਾਂ ਇਹਨੂੰ ਤੁਸੀਂ ਧਿਆਨ ਨਾਲ ਦੇਖ ਲੈਣਾ ਮੈਂ ਤਿੰਨੋਂ ਥਿਊਰੀਆਂ ਪਾ ਦਿੱਤੀਆਂ ਨੇ ਤੇ ਹੁਣ ਤਾਂ ਪੇਪਰ ਵੀ ਨੇੜੇ ਆ ਗਿਆ ਜੀ ਤੇ ਹੁਣ ਤੁਸੀਂ ਵੱਧ ਤੋਂ ਵੱਧ ਕੀ ਕਰ ਸਕਦੇ ਹੋ ਸਿਰਫ ਵੱਧ ਤੋਂ ਵੱਧ ਮਲਟੀਪਲ ਕੁਐਸਚਨਸ ਕਰ ਸਕਦੇ ਹੋ ਜਿੰਨਾ ਹੋ ਸਕਦੇ ਆ ਮਲਟੀਪਲ ਕੁਐਸਚਨਸ ਕਰੋ ਠੀਕ ਹੈ ਜੀ ਤੇ ਮੈਂ ਕੋਸ਼ਿਸ਼ ਕਰੂੰਗਾ ਜਿੰਨੀਆਂ ਹੁਣ ਮੇਰੇ ਕੋਲ ਆ 2 ਦਿਨਾਂ ਦੇ ਵਿੱਚ ਵੀਡੀਓਸ ਪੈ ਜਾਣ ਤੇ ਮੈਂ ਪਾਊਂਗਾ ਤੇ ਆਪ ਜੀ ਲਈ ਮੈਂ ਇਹੀ ਕਹੂੰਗਾ ਕਿ ਬੈਸਟ ਆਫ ਲੱਕ ਹੈ ਬਸ ਇੱਕ ਮੈਂ ਤੁਹਾਨੂੰ ਰਾਏ ਦੇਣਾ ਚਾਹੂੰਗਾ ਕਿ ਜਿਹੜੀ ਸਾਈਕੋਲੋਜੀ ਹੈ ਨਾ ਇਹ ਸਿਰਫ ਤੁਸੀਂ ਇੱਕ ਟੀਚਰ ਨੂੰ ਤੇ ਇੱਕ ਸਟੂਡੈਂਟ ਨੂੰ ਮੱਦੇਨਜ਼ਰ ਰੱਖ ਕੇ ਆਨਸਰ ਦੇਣਾ ਉੱਥੇ ਕਈ ਵਾਰ ਕੀ ਹੁੰਦਾ ਕਿ ਤੁਹਾਨੂੰ 4 ਆਪਸ਼ਨਾਂ ਜਿਹੜੀਆਂ ਲੱਗ ਰਹੀਆਂ ਹੁੰਦੀਆਂ ਕਿ ਆਹ ਵੀ ਹੋ ਸਕਦੀ ਹੈ ਆਹ ਵੀ ਹੋ ਸਕਦੀ ਹੈ ਜੇ ਤਾਂ ਕੁਐਸਚਨ ਹੈਗਾ ਬੱਚੇ ਦੇ ਹਿੱਤ ਦੇ ਵਿੱਚ ਜਾਣੀ ਕਿ ਬੱਚੇ ਦੀ ਗੱਲ ਕਰ ਰਿਹਾ ਬੱਚੇ ਦੇ ਬਾਰੇ ਹੈ ਤਾਂ ਤੁਸੀਂ ਜਿਹੜਾ ਆਨਸਰ ਦੇਣਾ ਉਹ ਬੱਚੇ ਦੇ ਹਿੱਤ ਦੇ ਅਕੋਰਡਿੰਗ ਦੇਣਾ ਕਿ ਉਹਦੇ ਵਿੱਚ ਉਹਦਾ ਜਾਣੀ ਕਿ ਕੋਈ ਨੁਕਸਾਨ ਨਾ ਹੁੰਦਾ ਹੋਵੇ ਜੇ ਗੱਲ ਟੀਚਰ ਦੀ ਕਰ ਰਿਹਾ ਕੁਐਸਚਨ ਦੇ ਵਿੱਚ ਤਾਂ ਫਿਰ ਟੀਚਰ ਦੇ ਹਿੱਤ ਤੇ ਦੇਣਾ ਜਾਣੀ ਕਿ ਤੁਸੀਂ ਉੱਥੇ ਆਪ ਬੈਠ ਕੇ ਦੇਖਣਾ ਹੈ ਕਿ ਜਿਹੜੀ ਜ਼ਿਆਦਾ ਪ੍ਰਿਓਰਟੀ ਕਿਹਦੀ ਹੈ ਜਿਵੇਂ ਮੈਂ ਤੁਹਾਨੂੰ ਇੱਕ ਕੁਐਸਚਨ ਦੱਸਦਾ ਕਿ ਕੁਐਸਚਨ ਹੈ ਕਿ ਜਦੋਂ ਬੱਚੇ ਨੂੰ ਆਪਾਂ ਸਭ ਤੋਂ ਵਧੀਆ ਢੰਗ ਕੀ ਹੈ ਪੜ੍ਹਾਉਣ ਦਾ ਕਿ ਉਹਨੂੰ ਪ੍ਰੋਜੈਕਟ ਬਣਾ ਕੇ ਸਿਖਾ ਦਈਏ ਉਹਨੂੰ ਫੀਲਡ ਤੇ ਲੈ ਜਾਈਏ ਜਾਂ ਉਹਨੂੰ ਆਪਾਂ ਫਿਲਮ ਦਿਖਾ ਦਈਏ ਜਾਂ ਉਹਨੂੰ ਆਪਾਂ ਕਿਤਾਬਾਂ ਪੜ੍ਹਾ ਦਈਏ ਜਾਂ ਪਿਕਚਰਸ ਦਿਖਾ ਦਈਏ ਉਸ ਦੇ ਰਿਲੇਟਡ ਤਾਂ ਇੱਕ ਆਊਗਾ ਆਨਸਰ ਕਿ ਇਹ ਸਾਰੇ ਠੀਕ ਹੈ ਜੀ ਤਾਂ ਦੇਖੋ ਜੀ ਜਿਹੜਾ ਸਭ ਤੋਂ ਪਹਿਲਾਂ ਆਪਣਾ ਕੀ ਹੈ ਜਿਹੜਾ ਆਪਾਂ ਟੀਚਰ ਦੇ ਅਕੋਰਡਿੰਗ ਆਪਾਂ ਸਭ ਤੋਂ ਛੋਟਾ ਦੇਖਾਂਗੇ ਕਿ ਜਿਹੜਾ ਸਭ ਤੋਂ ਸੌਖਾ ਹੈ ਅਤੇ ਅਵੇਲੇਬਲ ਹੈ ਹਰੇਕ ਥਾਂ 'ਤੇ ਹੁਣ ਆਪਾਂ ਬੱਚੇ ਨੂੰ ਹਰੇਕ ਵਾਰੀ ਫੀਲਡ 'ਚ ਵੀ ਨਹੀਂ ਲਿਜਾ ਸਕਦੇ ਕੋਸਟਲੀ ਹੋਊਗਾ ਠੀਕ ਹੈ ਪ੍ਰੋਜੈਕਟ ਵੀ ਨਹੀਂ ਬਣਵਾ ਸਕਦੇ ਡੇਲੀ ਬੇਸ 'ਤੇ ਪ੍ਰੋਜੈਕਟ ਕਿਤੇ ਕਿਤੇ ਹੁੰਦਾ ਹਾਂ ਪਿਕਚਰਸ ਵਾਲਾ ਤੁਸੀਂ ਡੇਲੀ ਕਰ ਸਕਦੇ ਹੋ ਠੀਕ ਹੈ ਜੀ ਪਿਕਚਰਸ ਦਾ ਕੋਈ ਉਹ ਨਹੀਂ ਹੈ ਕਿ ਅਖਬਾਰ ਦੇ ਵਿੱਚੋਂ ਪਿਕਚਰਸ ਕੱਟ ਕੇ ਤੁਸੀਂ ਇਹ ਦੱਸ ਸਕਦੇ ਹੋ ਬੱਚੇ ਨੂੰ ਤਾਂ ਉਹਦੇ ਨਾਲ ਕੀ ਹੈ ਬੱਚੇ ਦੀ ਜਾਣੀ ਕਿ ਜ਼ਿਆਦਾ ਗਰੋਥ ਹੋ ਸਕਦੀ ਹੈ ਬਟ ਕਈ ਵਾਰੀ ਉਹ ਆਲ ਆਫ ਦੀਜ਼ ਵੀ ਆਨਸਰ ਲਾ ਦਿੰਦਾ ਕਿਉਂਕਿ ਕਦੇ ਕਦੇ ਪ੍ਰੋਜੈਕਟ ਵੀ ਬਣਾਉਣਾ ਚਾਹੀਦਾ ਕਦੇ ਕਦੇ ਕੀ ਕਰਨਾ ਚਾਹੀਦਾ ਉਹਨੂੰ ਫੀਲਡ 'ਚ ਵੀ ਲੈ ਕੇ ਜਾਣਾ ਚਾਹੀਦਾ ਅਤੇ ਕਦੇ ਕਦੇ ਉਹਨੂੰ ਪਿਕਚਰਸ ਤੋਂ ਠੀਕ ਹੈ ਜੀ ਇਸ ਕਰਕੇ ਇਹਦਾ ਆਨਸਰ ਆਊਗਾ ਆਲ ਆਫ ਦੀਜ਼ ਤਾਂ ਤੁਸੀਂ ਪੂਰਾ ਜਾਣੀ ਕਿ ਉਹਦੇ 'ਤੇ ਸਟੱਡੀ ਕਰਨਾ ਹੁੰਦਾ ਕਿ ਕਿਵੇਂ ਜਾਣੀ ਕਿ ਆਨਸਰ ਬਣੂਗਾ ਉਹ ਪੂਰਾ ਧਿਆਨ 'ਚ ਰੱਖਣਾ ਹੁੰਦਾ ਕਿ ਬੱਚੇ ਦੇ ਹਿੱਤ 'ਚ ਹੈ ਕਿ ਟੀਚਰ ਦੇ ਹਿੱਤ 'ਚ ਹੈ ਇਸ ਚੀਜ਼ ਦਾ ਬਸ ਧਿਆਨ ਰੱਖਣਾ ਤੁਸੀਂ ਤੁਸੀਂ ਇਹ ਸਹੀ ਜਵਾਬ ਉਹਦੇ ਦਿਓਗੇ ਜਦੋਂ ਤੁਸੀਂ ਐਜ਼ ਏ ਉੱਥੇ ਟੀਚਰ ਉੱਥੇ ਆਪਦੀ ਫੀਲਿੰਗ ਲੈ ਕੇ ਫਿਰ ਆਨਸਰ ਦਿਓਗੇ ਤਾਂ ਹੀ ਸਹੀ ਆਨਸਰ ਦਿੱਤਾ ਜਾ ਸਕਦਾ ਠੀਕ ਹੈ ਜੀ ਤੁਸੀਂ ਮੇਰੀਆਂ ਵੀਡੀਓਜ਼ ਦੇਖਦੇ ਹੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਸ ਇਸੇ ਤਰ੍ਹਾਂ ਮੇਰਾ ਪੇਜ ਸ਼ੇਅਰ ਕਰਦੇ ਰਹੋ ਬਸ ਅੱਗੇ ਹੁਣ ਜਿਹੜਾ ਇਦੋਂ ਬਾਅਦ ਪੰਜਾਬ ਦੇ ਵਿੱਚ ਪਟਵਾਰੀ ਦਾ ਪੇਪਰ ਆ ਰਿਹਾ ਉਸ ਦੇ ਵਾਸਤੇ ਵੀ ਅਸੀਂ ਔਨਲਾਈਨ ਕਲਾਸਿਸ ਸਟਾਰਟ ਕਰ ਰਹੇ ਹਾਂ ਤਾਂ ਜਿੰਨਾ ਹੋ ਸਕਦਾ ਉਸ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਬਸਕ੍ਰਾਈਬ ਕਰੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ